ਭਾਈ ਮੰਨ ਲੈ ਪੰਡਿਤ ਪਾਹਦਾ ਸੀ, ਬਹੁਤ ਵਿਦਵਾਨ ਪੜ੍ਹਿਆ ਲਿਖਿਆ, ਉਹਨੂੰ ਪੁੱਛਣ ਲੱਗ ਗਏ ਵੀ ਚਾਰ ਚੀਜ਼ਾਂ ਨੇ, ਚਾਰਾਂ 'ਚੋਂ ਕਿਹੜੀ ਮਾੜੀ ਹੈ? ਸ਼ਰਾਬ, ਚੋਰੀ, ਮੀਟ, ਪਰਾਈ ਇਸਤਰੀ, ਇਹਨਾਂ 'ਚੋਂ ਚਾਰਾਂ 'ਚੋਂ ਦੱਸ ਕਿਹੜੀ ਮਾੜੀ ਹੈ? ਉਹ ਕਹਿੰਦਾ ਯਾਰ ਬੰਦਾ ਬੰਦਾ ਵੇਖ, ਮੈਂ ਚਾਰੇ ਚੀਜ਼ਾਂ ਨਹੀਂ ਮੈਂ ਵਰਤ ਕੇ ਦੇਖੀਆਂ ਅੱਜ ਤੱਕ। ਉਹ ਕਹਿੰਦਾ ਵੀ ਐਂ ਕਰ, ਇੱਕ ਚੀਜ਼ ਤਾਂ ਤੈਨੂੰ ਵਰਤਣੀ ਪਊ, ਜਿਹੜੀ ਮਰਜ਼ੀ ਵਰਤ ਲੈ। ਉਹਨੇ ਕਮਰਿਆਂ 'ਚ ਚਾਰੇ ਚੀਜ਼ਾਂ ਧਰਤੀਆਂ, ਕਮਰਿਆਂ ਦੇ ਬਾਹਰ ਭੇਡ ਤੇ, ਅਤੇ ਇੱਕ ਕਮਰੇ 'ਚ ਉਹਨੂੰ ਪਾਤਾ ਵਿਦਵਾਨ ਪੰਡਿਤ ਪਾਹਦੇ ਨੂੰ। ਉਹਨੇ ਸੋਚਿਆ ਵੀ ਜਾਰਾ ਜੇ ਮੀਟ ਖਾਂਦੇ ਹਾਂ ਤਾਂ ਆਪਣਾ ਦਿਨ ਭ੍ਰਿਟ ਹੁੰਦਾ, ਕੱਪਾ ਖਾ ਨਹੀਂ ਸਕਦੇ, ਪਰਾਈ ਇਸਤਰੀ ਨਹੀਂ ਆਪਾਂ ਡਾ ਸਕਦੇ, ਜੇ ਆਪਾਂ ਸਿਆਉਣਾ ਤਾਂ ਦੀ ਤੱਕਾਂਗੇ ਤਾਂ ਆਪਾਂ ਚੋਰ ਬਣਦੇ ਹਾਂ, ਠੀਕ ਹੈ ਨਾ। ਉਹ ਕਹਿੰਦਾ ਯਾਰ ਐਂ ਕਰਦੇ ਆਪਾਂ ਵੀ ਸ਼ਰਾਬ ਕਿਹੜਾ ਕਿਸੇ ਨੂੰ ਪਤਾ ਲੱਗੂ, ਤੜਕੇ ਨੂੰ ਲੈ ਜੂ ਸ਼ਰਾਬ ਪੀ ਲੈਂਦੇ ਹਾਂ। ਉਹਨੇ ਸ਼ਰਾਬ ਪੀ ਲਈ, ਜਦੋਂ ਦੋ ਪਿੱਗ ਲੱਗ ਗਏ ਉਹਦਾ ਫਿਰ ਕਰਾਰੇ ਨੂੰ ਜੀ ਕਰਿਆ, ਵਿੱਚੇ ਮੀਟ ਲਪੇੜਤਾ ਫਿਰ। ਜਦੋਂ ਫਿਰ ਉਹ ਉਦੋਂ ਬਾਅਦ ਉਹਨੇ ਸੋਚਿਆ ਵੀ ਹੁਣ ਯਾਰ ਘੋਲ ਕਾਹਨੂੰ ਕਰਨੀ ਹੈ, ਫਿਰ ਉੱਧਰ ਹੋ ਗਿਆ ਇਸਤਰੀ ਕਿੰਨੀ। ਤੜਕੇ ਜਾਂਦਾ ਜਾਂਦਾ ਨਸ਼ੇ ਦੇ ਲੋੜ 'ਚ ਸਿਆਉਣਾ ਵੀ ਲੈ ਕੇ ਚੱਕੇ, ਚਾਰੇ ਕੰਮ ਕਰ ਗਿਆ। ਚਾਰੇ ਕੰਮ ਕਰੇ ਉਹਨੇ ਭਾਈ, ਤੜਕੇ ਸੱਦ ਲਏ ਸਭਾ ਦੇ ਬੰਦੇ, ਹੋਰ ਵੀ ਸੱਦ ਲਏ ਤੇਰੇ ਮੇਰੇ ਵਰਗੇ, ਕਹਿੰਦੇ ਵੀ ਦੇਖੋ ਕਮਰੇ ਖੋਲ੍ਹ ਕੇ। ਜਦੋਂ ਦੇਖਿਆ ਉੱਥੇ ਉਹ ਹੈ ਨਾ, ਉਹਨੂੰ ਪੁੱਛਿਆ ਉਹ ਕਹਿੰਦੀ ਹਾਂਜੀ ਮੇਰੇ ਕੋਲ ਵੀ ਆਇਆ। ਜਦੋਂ ਦੇਖਿਆ ਵੀ ਹਾਂ ਮੀਟ ਆਪਾਂ ਇੰਨਾ ਧਰਤੀ ਇਹ ਵੀ ਸਕੇ, ਸ਼ਰਾਬ ਵੀ ਪੀਤੀ ਪਈ ਹੈ, ਚੱਕਿਆ ਸਿਆਉਣਾ ਵੀ ਪਏ, ਬੁਲਾ ਲਿਆ। ਬੁਲਾ ਕੇ ਕਹਿੰਦਾ ਭਾਈ ਐਂ ਦੱਸੋ ਮੈਨੂੰ, ਕਹਿੰਦਾ ਇਹਨਾਂ 'ਚੋਂ ਚਾਰਾਂ 'ਚੋਂ ਕਿਹੜੀ ਚੀਜ਼ ਚੰਗੀ ਹੈ, ਕਿਹੜੀ ਮਾੜੀ ਹੈ? ਕਹਿੰਦਾ ਚਾਰਾਂ 'ਚੋਂ ਉਹਨਾਂ 'ਚੋਂ ਸ਼ਰਾਬ ਮਾੜੀ ਹੈ। ਜੇ ਕਹਿੰਦਾ ਮੈਂ ਸ਼ਰਾਬ ਪੀਤੀ ਤਾਂ ਮੈਥੋਂ ਚਾਰੇ ਕੰਮ ਹੋ ਗਏ, ਜੇ ਮੈਂ ਸ਼ਰਾਬ ਨਾ ਪੀਂਦਾ ਨਾ ਕਹਿੰਦਾ ਫਿਰ ਮੰਨ ਕੇ ਚੱਲ ਮੈਂ ਚਾਰੇ ਕੰਮ ਨਹੀਂ ਕਰਦਾ। ਫਿਰ ਉਹ ਕਹਿੰਦਾ ਹੁਣ ਦੱਸ। ਉਹ ਕਹਿੰਦਾ ਗੱਲ ਸੁਣ ਭਾਈ, ਜਿਹਨੇ ਬਚਣੇ ਸ਼ਰਾਬ ਨਾ ਹੰਡੋ, ਹੋਰ ਕੋਈ ਵੀ ਕੰਮ ਹੋ ਜੇ ਮਾਫ਼ੀ ਮਿਲ ਜੂ। ਕਹਿੰਦਾ ਸ਼ਰਾਬ ਵਾਲੇ ਨੂੰ ਮਾਫ਼ੀ ਨਹੀਂ ਮਿਲਦੀ, ਸ਼ਰਾਬ ਨੂੰ ਫਿਰ ਉਹਨੇ ਨਰਕਾਂ ਦੀ ਨਾਨੀ ਬਣਾਇਆ। ਉਹਨੇ ਫਿਰ ਲਿਖਿਆ ਵੀ ਹੈ ਵੀ ਸ਼ਰਾਬ ਨਰਕਾਂ ਦੀ ਨਾਨੀ ਹੈ, ਉਹਨੇ ਆਪਦੀ ਵਿਦਵਾਨ 'ਚ ਲਿਖਿਆ। ਉਸ ਤੋਂ ਬਾਅਦ ਸਮਾਇਆ ਉਹ ਭਾਈ ਆਪਦੇ ਜਾਣੇ ਪਰ ਤੋਂ ਉਹ ਲੁੱਕ ਰੱਖਿਆ ਕਰੇ। ਹੁਣ ਜਦੋਂ ਗਲਤੀ ਕੋਈ ਹੋ ਜਾਵੇ ਬੰਦੇ ਤੋਂ, ਕਿਸੇ ਤੋਂ ਵੀ ਹੋ ਜਾਵੇ, ਗਲਤੀ ਤਾਂ ਮੰਨਣੀ ਪੈਂਦੀ ਹੈ। ਫਿਰ ਭਾਈ ਉੱਥੋਂ ਜਿਹੜਾ ਪਿੰਡ ਦਾ ਕੋਈ ਆਗੂ ਬੰਦਾ ਸੀ, ਮੰਨ ਲਾ ਜਿਵੇਂ ਆਪਾਂ ਹੁਣ ਕਹਿੰਦੇ ਨਾ ਸਰਪੰਚ ਲਾ ਲਾ ਮੈਂਬਰ ਲਾ ਲੈ, ਆਗੂ ਬੰਦਾ ਸੀ ਜਿਹੜਾ ਪਿੰਡ ਦਾ, ਉਹਦੇ ਕੋਲ ਤਲਾਹ ਕਰੀ। ਕਹਿੰਦਾ ਯਾਰ ਮੈਥੋਂ ਆਹ ਕੰਮ ਹੋਇਆ ਵੀ ਮੈਂ ਕਿਵੇਂ ਕਰਾਂ? ਉਹ ਕਹਿੰਦਾ ਭਾਈ ਕੰਮ ਤਾਂ ਹਰੇਕ ਤੋਂ ਗਲਤ ਹੁੰਦਾ, ਪਰ ਤਾਂ ਇੱਕ ਕਰਿਆ ਹੁੰਦਾ ਤਾਂ ਸਰ ਜਾਂਦਾ, ਤੂੰ ਤਾਂ ਚਾਰ ਕਰ ਲਏ। ਉਹ ਕਹਿੰਦਾ ਯਾਰ ਹੁਣ ਮੇਰਾ ਹੱਲ ਕਰ। ਕਹਿੰਦਾ ਹੱਲ ਕੋਈ ਨਹੀਂ, ਜਦੋਂ ਗਲਤੀ ਕਰ ਲਈ ਨਾ ਪਾਪ ਹੋ ਗਿਆ, ਇਹਦਾ ਕੋਈ ਹੱਲ ਨਹੀਂ। ਕਹਿੰਦਾ ਮੈਂ ਤੀਰਥਾਂ 'ਤੇ ਨਹਾਉਣਾ। ਕਹਿੰਦਾ ਹੈ ਉਹੀ ਪੰਡਤਾਂ ਦੀਆਂ ਗੱਲਾਂ। ਕਹਿੰਦਾ ਜੇ ਤੀਰਥਾਂ 'ਤੇ ਡੁੱਬੀ ਚੱਲ ਪਾਪ ਨਹੀਂ ਰਹਿੰਦਾ ਹੁੰਦਾ, ਜਿੱਥੇ ਮਰਜ਼ੀ ਵਗ ਜਾ। ਕਹਿੰਦਾ ਯਾਰ ਫਿਰ ਮੇਰਾ ਹੱਲ। ਕਹਿੰਦਾ ਹੱਲ ਇੱਕ ਹੈ। ਕਹਿੰਦਾ ਕਿਵੇਂ? ਕਹਿੰਦਾ ਜੱਟ ਵਾਲਾ ਕੰਮ ਕਰ ਲੈ। ਕਹਿੰਦਾ ਕਿਵੇਂ? ਕਹਿੰਦਾ ਰੱਸਾ ਪਾ ਦਖਤ ਦੇ ਉੱਤੇ ਬਹਿ ਜਾ, ਪਾ ਕੇ ਗੱਲ 'ਚ ਥੱਲੇ ਮਾਰ ਸਾਲ। ਕਹਿੰਦਾ ਕਿਉਂ?
ਕਹਿੰਦਾ ਜੋ ਪਾਪ ਕੱਟਿਆ ਜੂ, ਉਹਨੇ ਐਂ ਤਾਂ ਦੇਖਿਆ ਨਹੀਂ ਵੀ ਮੈਂ ਮਰੂੰਗਾ, ਉਹਨੇ ਤਾਂ ਉਹੀ ਕੰਮ ਕਰਿਆ। ਹੁਣ ਕੋਈ ਜਦੋਂ ਉਹਨੇ ਰੱਸਾ ਪਾ ਕੇ ਥੱਲੇ ਮਾਰੀ ਸਾਲ ਫਾਹਾ ਗਿਆ, ਜਿਹਨੂੰ ਆਪਾਂ ਫਾਹਾ ਕਹਿੰਦੇ ਹਾਂ, ਫਾਹਾ ਗਿਆ। ਹੁਣ ਕੀ ਮਾਰੇ ਲੱਤਾਂ ਲੁੱਤਾਂ ਬਥੇਰੀਆਂ। ਹੁਣ ਕੀ ਜਦੋਂ ਕੋਈ ਹੋਵੇ ਉੱਥੇ ਕੋਲ ਤਾਂ ਚੱਲ ਆਹੇ, ਜਦੋਂ ਕੋਈ ਲੰਘਿਆ ਮੇਰੇ ਵਰਗਾ ਤੇਰੇ ਵਰਗਾ ਕੋਲ ਦੀ, ਹੁਣ ਕੀ ਲੌਂਕੀ ਜਾਵੇ। ਉਹ ਘਰ ਨੂੰ ਭੱਜ ਰਿਹਾ ਕਹਿੰਦਾ ਵੀ ਤੁਹਾਡਾ ਬੰਦਾ ਐਂ ਕਰਕੇ ਲੌਂਕੀ ਜਾਂਦਾ ਉੱਥੇ। ਆਪਾਂ ਕਹੀ ਦਿੰਦੇ ਉਹ ਭਾਈ ਉਹਦੇ ਕੋਲ ਵਗ ਜਿਹੜੇ ਪਿੰਡ ਦਾ ਆਗੂ ਸੀ, ਉਹ ਕਹਿੰਦਾ ਭਾਈ ਐਂ ਕਰਕੇ ਗੱਲ ਆ, ਇਹ ਤਾਂ ਹੋਇਆ ਪਾਪ, ਇੱਕ ਨਹੀਂ ਹੋਇਆ ਚਾਰ ਹੋਏ ਨੇ। ਕਹਿੰਦਾ ਇਹ ਮੇਰੇ ਕੋਲ ਰਾਏ ਲੈਣ ਆ ਗਿਆ, ਕਹਿੰਦਾ ਮੈਂ ਇਹਨੂੰ ਆਖਿਆ ਵੀ ਭਾਈ ਜੱਟ ਵਾਲਾ ਕੰਮ ਕਰ ਲੈ, ਵੀ ਰਸਤ 'ਤੇ ਚੜ੍ਹ ਕੇ ਰੱਸਾ ਪਾ ਕੇ ਸਾਲ ਮਾਰ। ਮਹਾਂ ਮੈਨੂੰ ਕਹਿੰਦਾ ਐਂ ਨਹੀਂ ਤੀ ਕਿਹਾ ਵੀ ਤੂੰ ਫਾਹਾ ਲੈ ਮਾਰ, ਵੀ ਥੱਲੇ ਸਾਲ ਮਾਰ ਰੱਸਾ ਪਾ ਕੇ ਗਲ 'ਚ। ਕਹਿੰਦਾ ਤੂੰ ਕੀ ਵੱਡਾ ਨਾ ਕਰਿਆ ਕਰ, ਰੱਸਾ ਵੱਡਾ ਲੈ ਲੈਂਦਾ। ਉਹ ਕਹਿੰਦਾ ਯਾਰ ਇਹ ਕਿਤੇ ਕਰਿਆ, ਕਹਿੰਦਾ ਮੈਂ ਤਾਂ ਪਾਪ ਧੋਤਾ, ਹੁਣ ਮੇਰੇ ਕੋਲ ਆ ਗਿਆ, ਕਹਿੰਦਾ ਮੈਂ ਕਿਤੇ ਦੇਖਿਆ ਤੂੰ ਤੀਸਾਂ 'ਤੇ ਨਾਉਂਦਾ, ਮੈਂ ਤਾਂ ਉਹ ਤੋਂ ਵੀ ਵੱਡਾ ਪਾਪੀ ਹੈ। ਕਹਿੰਦਾ ਪਰ ਹੁਣ ਕਿਵੇਂ ਕਰੀਏ, ਕਹਿੰਦਾ ਹੁਣ ਕਿਵੇਂ ਕਰਨਾ, ਤੇ ਉਹੀ ਕੰਮ ਕਰੋ ਜਿਹੜੀ ਦੁਨੀਆ ਕਰਦੀ ਹੁੰਦੀ ਹੈ। ਉਹ ਫਿਰ ਉਹ ਦੂਜਾ ਮੂੰਹ ਮਾਰੀ ਪੂਣੀ, ਕਹਿੰਦਾ ਆ ਕੀ ਕਰਦਾ, ਕਹਿੰਦਾ ਕੰਮ, ਕਹਿੰਦਾ ਦੁਨੀਆ ਵਾਲਾ ਕੰਮ ਕੀ ਹੋਇਆ। ਕਹਿੰਦਾ ਮੈਂ ਤਾਂ ਸੰਸਕਾਰ ਕਹਿਣਾ, ਕਹਿੰਦਾ ਮੈਂ ਸੰਸਕਾਰ ਕਹਿਣਾ, ਪਹਿਲਾਂ ਤਾਂ ਉਹ ਕੰਮ ਕਰਾਤਾ ਤੂੰ ਗਲਤ ਤੋਂ, ਇੱਕ ਜੱਟ ਵਾਲਾ ਕੰਮ ਕਰ ਲਿਆ, ਹੁਣ ਕੋਈ ਦੁਨੀਆ ਵਾਲਾ ਕਰ ਲਿਆ। ਕਹਿੰਦਾ ਦੁਨੀਆ ਖਬਰ ਕਿੱਥੇ ਕਿੱਥੇ ਫਿਰਦੀ ਹੈ। ਕਹਿੰਦਾ ਯਾਰ ਮੈਥੋਂ ਤਾਂ ਫਿਰ ਗਲਤੀ ਹੁੰਦਾ ਹੁੰਦਾ ਕੰਮ। ਕਹਿੰਦਾ ਅੱਜ ਤੋਂ ਬਾਅਦ ਤੂੰ ਆਗੂ ਨਹੀਂ ਹੈਗਾ ਪਿੰਡ ਦਾ। ਕਹਿੰਦਾ ਆਗੂ ਕੌਣ ਹੈ, ਕਹਿੰਦਾ ਆਗੂ ਉਹ ਹੈ ਜਿਹੜਾ ਦਿਮਾਗਦਾਰ ਹੈ। ਹੁਣ ਪਿੰਡ ਦੇ ਵਿੱਚ ਆਪਣੇ ਸਰਪੰਚ ਮੈਂਬਰ ਬਹੁਤ ਫਿਰਦੇ ਨੇ, ਬੰਦੇ ਨੇ ਆਪਦਾ ਦਿਮਾਗ ਵਰਤਦਾ ਹਰੇਕ, ਕੱਟਦੇ ਹੁਣ ਬਹੁਤ ਹੋ ਗਿਆ।